ਜਦੋਂ ਟੈਕਸਲਾ ਟੀਵੀ ਵਾਲੀ ਕੰਪਨੀ ਨੇ ਸਰਜੀਤ ਬਿੰਦਰਖੀ ਨਾਲ ਕੈਸਟ ਕਰਨ ਦੇ ਲਈ ਉਹਨਾਂ ਦੇ ਸਹੁਰੇ ਨੂੰ ਰੋਪੜ ਜਾ ਕੇ ਇੱਕ ਰੰਗੀਨ ਟੈਕਸਲਾ ਟੀਵੀ ਤੇ 11,000 ਰੁਪਏ ਦਿੱਤੇ ਤੇ ਜਦੋਂ ਇਸੇ ਕੈਸਟ ਦੇ ਲਈ ਸਰਜੀਤ ਬਿੰਦਰਖੀਆ ਸ਼ਮਸ਼ੀਰ ਸੰਧੂ ਨੂੰ ਲੈ ਕੇ ਆਪਣੀ ਚਿੱਟੀ ਵੈਨ ਦੇ ਵਿੱਚ ਜਦੋਂ ਚਰਨਜੀਤ ਅਹੂਜਾ ਕੋਲ ਦਿੱਲੀ ਪਹੁੰਚਿਆ ਤਾਂ ਇੱਕ ਦੂਜੇ ਨੂੰ ਕਿਵੇਂ ਰੁੱਖਾ ਰੁੱਖਾ ਬੋਲੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਅਵਤਾਰ ਸਿੰਘ ਔਲਖ, ਤੁਸੀਂ ਦੇਖ ਰਹੇ ਹੋ ਤਖ਼ਤ ਲਾਹੌਰ। ਜਿਸ ਸਮੇਂ ਦੀ ਗੱਲ ਆ ਉਦੋਂ ਚਰਨਜੀਤ ਅਹੂਜਾ ਦਾ ਨਾਮ ਬਹੁਤ ਤਕੜਾ ਸੀ। ਮਿਊਜ਼ੀਕਲ ਦੁਨੀਆ ਦੇ ਵਿੱਚ ਸੰਗੀਤ ਸਮਰਾਟ ਨਾਲ ਜਾਣਿਆ ਜਾਂਦਾ ਸੀ। ਗੁਰਦਾਸ ਮਾਨ, ਸਰਦੂਲ ਸਿਕੰਦਰ, ਹੰਸਰਾਜ ਹੰਸ ਵਰਗੇ ਅਨੇਕਾਂ ਹੀ ਸਥਾਪਿਤ ਗਾਇਕ ਉਹਦੇ ਪੈਰੀ ਹੱਥ ਲਾਉਂਦੇ ਸਨ। ਗੀਤਕਾਰ ਸ਼ਮਸ਼ੀਰ ਸੰਧੂ ਚਰਨਜੀਤ ਅਹੂਜੇ ਦੀ ਅਤੇ ਸਰਜੀਤ ਬਿੰਦਰਖੀਆ ਦੀ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦੇ ਨੇ। ਸ਼ਮਸ਼ੀਰ ਸੰਧੂ ਦੱਸਦੇ ਨੇ ਕਿ ਇੱਕ ਵਾਰ ਟੈਕਸਲਾ ਕੰਪਨੀ ਜੋ ਕਿ ਟੀਵੀ ਬਣਾਉਂਦੀ ਸੀ, ਉਹਨਾਂ ਨੇ ਸਰਜੀਤ ਬਿੰਦਰਖੀ ਨਾਲ ਇੱਕ ਟੇਪ ਕਰਨੀ ਚਾਹੀ ਅਤੇ ਜਦੋਂ ਉਹਨਾਂ ਸਰਜੀਤ ਬਿੰਦਰਖੀ ਨਾਲ ਸੰਪਰਕ ਕੀਤਾ ਤਾਂ ਸਰਜੀਤ ਬਿੰਦਰਖੀ ਨੇ ਕੋਈ ਢੁੱਕਵਾਂ ਜਵਾਬ ਨਾ ਦਿੱਤਾ, ਜਿਸ ਦੇ ਚੱਲਦੇ ਟੈਕਸਲਾ ਕੰਪਨੀ ਨੇ ਸਰਜੀਤ ਬਿੰਦਰਖੀ ਦੇ ਸਹੁਰਾ ਸਾਹਿਬ ਨਾਲ ਰੋਪੜ ਵਿੱਚ ਸੰਪਰਕ ਕੀਤਾ ਅਤੇ ਉਹਨਾਂ ਨੂੰ ਇੱਕ ਰੰਗੀਨ ਟੀਵੀ ਅਤੇ 11,000 ਰੁਪਏ ਦਿੱਤੇ ਤਾਂ ਜੋ ਉਹ ਸਰਜੀਤ ਬਿੰਦਰਖੀਏ ਨੂੰ ਕੈਸਟ ਕਰਾਉਣ ਦੇ ਲਈ ਮਨਾ ਲੈਣ। ਹੋਇਆ ਵੀ ਇੰਝ ਹੀ, ਸਰਜੀਤ ਬਿੰਦਰਖੀਆ ਆਪਣੇ ਸਹੁਰਾ ਸਾਹਿਬ ਦੀ ਗੱਲ ਮੋੜ ਨਾ ਸਕੇ ਅਤੇ ਮਜਬੂਰੀ ਵੱਸ ਉਹਨਾਂ ਨੂੰ ਇਸ ਡੀਲ ਨੂੰ ਮਨਜ਼ੂਰ ਕਰਨਾ ਪਿਆ। ਸ਼ਮਸ਼ੀਰ ਸੰਧੂ ਅੱਗੇ ਦੱਸਦੇ ਨੇ ਕਿ ਇੱਕ ਦਿਨ ਸਰਜੀਤ ਬਿੰਦਰਖੀਆ ਸਵੇਰੇ ਹੀ 4 ਵਜੇ ਆਪਣੇ ਚਿੱਟੀ ਰੰਗ ਦੀ ਵੈਨ ਲੈ ਕੇ ਮੇਰੇ ਘਰ ਆਇਆ ਅਤੇ ਮੈਨੂੰ ਉਠਾ ਕੇ ਕਹਿਣ ਲੱਗਾ ਕਿ ਫਟਾਫਟ ਆਪਣੇ ਗੀਤਾਂ ਦੀਆਂ ਡੈਰੀਆਂ ਚੱਕੋ, ਆਪਾਂ ਨੇ ਦਿੱਲੀ ਜਾਣਾ ਹੈ। ਸ਼ਮਸ਼ੀਰ ਸੰਧੂ ਨੇ ਅੱਗੋਂ ਪੁੱਛਿਆ ਕਿ ਕੀ ਗੱਲ ਹੋਈ ਹੈ ਤਾਂ ਸਰਜੀਤ ਬਿੰਦਰਖੀ ਨੇ ਕਿਹਾ ਕਿ ਮੇਰੇ ਸਹੁਰਾ ਸਾਹਿਬ ਦਾ ਪੰਗਾ ਪਾਇਆ ਹੋਇਆ ਹੈ, ਆਪਾਂ ਦਿੱਲੀ ਜਾਣਾ ਹੈ ਰਿਕਾਰਡਿੰਗ ਕਰਨ ਦੇ ਲਈ। ਉਸ ਸਮੇਂ ਟੈਕਸਲਾ ਕੰਪਨੀ ਦਾ ਸੰਗੀਤ ਸਾਰਾ ਚਰਨਜੀਤ ਅਹੂਜਾ ਦੇ ਰਹੇ ਸਨ। ਸੰਧੂ ਸਾਹਿਬ ਅੱਗੇ ਕਹਿੰਦੇ ਨੇ ਕਿ ਜਦੋਂ ਅਸੀਂ ਦਿੱਲੀ ਪਹੁੰਚੇ ਤਾਂ ਮੈਂ ਚਰਨਜੀਤ ਅਹੂਜੇ ਨੂੰ ਮਿਲਿਆ ਤਾਂ ਚਰਨਜੀਤ ਅਹੂਜੇ ਦੇ ਪੈਰੀ ਹੱਥ ਲਾਏ ਤਾਂ ਅੱਗੋਂ ਚਰਨਜੀਤ ਅਹੂਜਾ ਨੇ ਰੋਕਦਾ ਮੈਨੂੰ ਕਿਹਾ, ਸ਼ਮਸ਼ੀਰ ਮੇਰੇ ਪੈਰੀ ਹੱਥਾਂ ਗਾਇਕ ਲਾਉਂਦੇ ਨੇ, ਤੂੰ ਕਿਹੜੀ ਗੱਲੋਂ ਲਾ ਰਿਹਾ। ਤਾਂ ਸ਼ਮਸ਼ੀਰ ਸੰਧੂ ਨੇ ਅੱਗੋਂ ਕਿਹਾ ਕਿ ਅੱਜ ਮੈਂ ਵੀ ਇੱਕ ਗਾਇਕ ਨੂੰ ਨਾਲ ਲੈ ਕੇ ਆਇਆ ਅਤੇ ਸਰਜੀਤ ਬਿੰਦਰਖੀ ਨਾਲ ਉਹਨਾਂ ਨੂੰ ਮਿਲਾਇਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਕਤ ਕਹਿੰਦੇ ਕਹਾਉਂਦੇ ਗਾਇਕ ਗੁਰਦਾਸ ਮਾਨ, ਹੰਸਰਾਜ ਹੰਸ, ਸਰਦੂਲ ਸਿਕੰਦਰ ਵਰਗੇ ਸੰਗੀਤਕ ਸਮਰਾਟ ਚਰਨਜੀਤ ਅਹੂਜਾ ਦੇ ਪੈਰੀ ਹੱਥ ਲਾਉਂਦੇ ਸਨ, ਪਰ ਸਰਜੀਤ ਬਿੰਦਰਖੀਆ ਨੇ ਉਹਨਾਂ ਦੇ ਪੈਰੀ ਹੱਥਾਂ ਕੀ ਲਾਉਣੇ ਸਨ, ਉਹਨਾਂ ਨੂੰ ਚੱਜ ਨਾਲ ਬੁਲਾਇਆ ਵੀ ਨਹੀਂ, ਬਸ ਹੱਥ ਮਿਲਾ ਕੇ ਪਿੱਛੇ ਹਟ ਕੇ ਬੈਠ ਗਏ। ਸਰਜੀਤ ਬਿੰਦਰਖੀਆ ਬੋਲਿਆ ਕਿ ਟੈਕਸਲਾ ਕੰਪਨੀ ਵਾਲਿਆਂ ਨੇ ਰਿਕਾਰਡਿੰਗ ਦੇ ਸੰਬੰਧੀ ਤੁਹਾਡੇ ਨਾਲ ਮੀਟਿੰਗ ਰੱਖੀ ਸੀ। ਤਾਂ ਚਰਨਜੀਤ ਅਹੂਜਾ ਨੇ ਆਪਣੇ ਕੋਲੋਂ 2-3 ਡਾਇਰੀਆਂ ਕੱਢੀਆਂ ਅਤੇ ਸਰਜੀਤ ਬਿੰਦਰਖੀ ਅੱਗੇ ਕਰ ਦਿੱਤੀਆਂ ਕਿ ਆ ਲਓ ਇਹਨਾਂ 'ਚੋਂ ਗੀਤ ਸਿਲੈਕਟ ਕਰ ਲਵੋ। ਇੰਨਾ ਸੁਣਦੇ ਹੀ ਸਾਰੀ ਸਰਜੀਤ ਬਿੰਦਰਖੀਆ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ, ਮੇਰੇ ਸਾਰੇ ਗੀਤਾਂ ਬਾਬਤ ਜੋ ਕੁਛ ਵੀ ਹੈ ਸ਼ਮਸ਼ੀਰ ਸੰਧੂ ਭਾਅ ਜੀ ਦੇਖਦੇ ਨੇ ਤਾਂ ਮੈਂ ਹੋਰ ਕਿਸੇ ਦੇ ਗੀਤ ਨਹੀਂ ਗਾਵਾਂਗਾ। ਇੰਨਾ ਸੁਣਦੇ ਸਾਰ ਹੀ ਚਰਨਜੀਤ ਅਹੂਜਾ ਕੌੜਾ ਜਿਹਾ ਝਾਕ ਕੇ ਚੁੱਪ ਕਰ ਗਏ। ਸ਼ਮਸ਼ੀਰ ਸੰਧੂ ਅੱਗੇ ਕਹਿੰਦੇ ਨੇ ਕਿ ਕਰਦਿਆਂ ਕਰਾਉਂਦਿਆਂ ਅਸੀਂ ਇੱਕ ਗੀਤ ਸਿਲੈਕਟ ਕੀਤਾ ਜੋ ਕਿ ਸੰਮੀ ਸੀ, ਸੰਮੀ ਮੇਰੀ ਵਾਰ। ਸੰਧੂ ਸਾਹਿਬ ਨੇ ਇਹ ਗੀਤ ਚਰਨਜੀਤ ਅਹੂਜਾ ਨੂੰ ਗੁਣਗੁਣਾ ਕੇ ਵੀ ਸੁਣਾਇਆ। ਸੰਧੂ ਸਾਹਿਬ ਕਹਿੰਦੇ ਨੇ ਕਿ ਅਸੀਂ ਕਾਫੀ ਟਾਈਮ ਬੈਠੇ ਰਹੇ, ਗੀਤ ਹੋਰ ਵੀ ਸਿਲੈਕਟ ਹੋਏ ਅਤੇ ਚਰਨਜੀਤ ਅਹੂਜਾ ਨੇ ਗੀਤ ਸਿਲੈਕਟ ਕਰਨ ਤੋਂ ਬਾਅਦ ਕਿਹਾ ਕਿ ਆਹ ਤਰੀਕਾਂ ਨੇ, ਇੰਨੀਆਂ ਇੰਨੀਆਂ ਤਰੀਕਾਂ ਨੂੰ ਤੁਸੀਂ ਦਿੱਲੀ ਆਉਣਾ ਹੈ। ਅੱਗੋਂ ਸਰਜੀਤ ਬਿੰਦਰਖੀਆ ਬੋਲ ਪਿਆ ਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਤੁਹਾਡੀਆਂ ਇੰਨੀਆਂ ਤਰੀਕਾਂ 'ਤੇ ਪਹੁੰਚ ਸਕਾਂ, ਮੈਂ ਹੋਰਾਂ ਕੰਪਨੀਆਂ ਦੇ ਵਿੱਚ 2 ਜਾਂ 3 ਮੀਟਿੰਗਾਂ ਵਿੱਚ ਹੀ ਸਾਰੀ ਕੈਸਟ ਕਰ ਦਿੰਦਾ, ਤੁਸੀਂ ਮੈਨੂੰ 7-8 ਮੀਟਿੰਗਾਂ ਲਈ ਥੱਦ ਰਹੇ ਹੋ। ਤਾਂ ਚਰਨਜੀਤ ਅਹੂਜਾ ਸਰਜੀਤ ਬਿੰਦਰਖੀਆ ਵੱਲ ਕੌੜਾ ਕੌੜਾ ਜਿਹਾ ਝਾਕਦੇ ਰਹੇ। ਸ਼ਮਸ਼ੀਰ ਸੰਧੂ ਕਹਿੰਦੇ ਨੇ ਕਿ ਕੁਝ ਗੱਲਾਂ ਬਾਤਾਂ ਹੋਰ ਵੀ ਹੋਈਆਂ ਅਤੇ ਮੀਟਿੰਗ ਖਤਮ ਹੋ ਗਈ ਅਤੇ ਸ਼ਾਮ ਨੂੰ ਫਿਰ ਮੀਟਿੰਗ ਬੁਲਾਈ ਗਈ। ਸ਼ਮਸ਼ੀਰ ਸੰਧੂ ਕਹਿੰਦੇ ਨੇ ਕਿ ਮੈਂ ਅਤੇ ਬਿੰਦਰਖੀਆ ਕਿਸੇ ਹੋਟਲ 'ਚ ਰੁਕੇ, ਖਾਣਾ ਪਾਣੀ ਖਾਧਾ ਅਤੇ ਫਿਰ ਗੱਲਾਂ ਬਾਤਾਂ ਕਰਨ ਲੱਗ ਪਏ। ਸ਼ਮਸ਼ੀਰ ਸੰਧੂ ਨੇ ਬਿੰਦਰਖੀ ਨੂੰ ਕਿਹਾ ਕਿ ਜਿਸ ਹਿਸਾਬ ਦੀ ਮੀਟਿੰਗ ਹੋਈ ਹੈ,
ਜਿਵੇਂ ਜਿਵੇਂ ਰੁੱਖਾ ਸੁੱਖਾ ਬੋਲੇ ਨੇ ਤੁਸੀਂ ਦੋਵੇਂ ਇੱਕ ਦੂਜੇ ਨੂੰ, ਮੈਨੂੰ ਨਹੀਂ ਲੱਗਦਾ ਇਹ ਕੈਸਟ ਸਿਰੇ ਚੜੂਗੀ। ਅੱਗੋਂ ਸਰਜੀਤ ਬਿੰਦਰੱਖਿਆ ਹੀ ਬੋਲ ਪਿਆ ਕਿ ਲੱਗਦਾ ਮੈਨੂੰ ਵੀ ਐਂ ਹੀ ਆ, ਮੈਨੂੰ ਨਹੀਂ ਲੱਗਦਾ ਇਹ ਪ੍ਰੋਜੈਕਟ ਸਿਰੇ ਚੜੂਗਾ। ਤਾਂ ਸ਼ਮਸ਼ੇਰ ਸੰਧੂ ਕਹਿੰਦਾ ਫਿਰ ਹੁਣ ਅੱਗੇ ਕੀ ਕਰੀਏ। ਤਾਂ ਬਿੰਦਰੱਖੀ ਨੇ ਕਿਹਾ ਛੱਡੋ ਪਰਾਂ ਪ੍ਰੋਜੈਕਟ ਯੁੱਗ ਨੂੰ, ਆਪਾਂ ਚੱਲਦੇ ਹਾਂ, ਆਪਣੇ ਤੋਂ ਨਹੀਂ ਹੋਣਾ ਇਹ ਕੰਮ। ਸ਼ਮਸ਼ੇਰ ਸੰਧੂ ਅੱਗੇ ਕਹਿੰਦਾ ਕਿ ਇੰਨੀਆਂ ਗੱਲਾਂ ਬਾਤਾਂ ਹੋਈਆਂ ਅਤੇ ਅਸੀਂ ਵਾਪਸ ਪੰਜਾਬ ਆ ਗਏ। ਅਤੇ ਕਹਿੰਦਾ ਸ਼ਾਮ ਨੂੰ ਟੈਕਸਲਾ ਕੰਪਨੀ ਵਾਲਿਆਂ ਦਾ ਫੋਨ ਆਇਆ ਕਿ ਤੁਹਾਨੂੰ ਮੀਟਿੰਗ ਲਈ ਸੱਦ ਰਹੇ ਹਾਂ। ਤਾਂ ਅੱਗੋਂ ਸਰਜੀਤ ਬਿੰਦਰੱਖੀ ਨੇ ਕਿਹਾ ਕਿ ਨਾ, ਫੋਨ ਨਹੀਂ ਸਾਡੇ ਤੋਂ ਜਾਇਆ ਜਾਂਦਾ ਅਤੇ ਅਸੀਂ ਇਹ ਪ੍ਰੋਜੈਕਟ ਨਹੀਂ ਕਰਨਾ। ਸ਼ਮਸ਼ੇਰ ਸੰਧੂ ਅੱਗੇ ਕਹਿੰਦੇ ਨੇ ਕਿ ਕੁਝ ਟਾਈਮ ਬਾਅਦ ਮੈਨੂੰ ਟੈਕਸਲਾ ਕੰਪਨੀ ਵਾਲੇ ਵੀ ਮਿਲੇ। ਉਹਨਾਂ ਕਿਹਾ ਕਿ ਅਸੀਂ ਤਾਂ ਇੱਕ ਰੰਗੀਨ TV 11,000 ਰੁਪਏ ਦਿੱਤੇ ਬੈਠੇ ਸਾਂ, ਪਰ ਫਿਰ ਵੀ ਸਰਜੀਤ ਬਿੰਦਰੱਖੀ ਨੇ ਸਾਡੇ ਨਾਲ ਪ੍ਰੋਜੈਕਟ ਨਹੀਂ ਕੀਤਾ। ਤਾਂ ਸ਼ਮਸ਼ੇਰ ਸੰਧੂ ਨੇ ਕਿਹਾ ਤੁਸੀਂ ਕਿਹੜਾ ਮੇਰੇ ਤੋਂ ਪੁੱਛ ਕੇ ਦਿੱਤੇ ਸੀ, ਜੇ ਮੇਰੇ ਤੋਂ ਪੁੱਛ ਕੇ ਦਿੱਤੇ ਹੁੰਦੇ ਤਾਂ ਮੈਂ ਤੁਹਾਡੀ ਜਵਾਬਦੇਵੀ ਵੀ ਦਿੰਦਾ। ਸ਼ਮਸ਼ੇਰ ਸੰਧੂ ਕਹਿੰਦਾ ਕਿ ਇਹ ਗੱਲ ਆਈ ਗਈ ਹੋ ਗਈ, ਪਰ ਮੇਰਾ ਉਹ ਗੀਤ ਚਰਨਜੀਤ ਅਹੂਜੇ ਕੋਲ ਪਿਆ ਸੀ ਅਤੇ ਜੋ ਕਿ ਬਾਅਦ 'ਚ ਚਰਨਜੀਤ ਅਹੂਜੇ ਨੇ ਹੰਸਰਾਜ ਹੰਸ ਤੋਂ ਗਵਾਇਆ। ਅਤੇ ਸ਼ਮਸ਼ੇਰ ਸੰਧੂ ਕਹਿੰਦੇ ਨੇ ਕਿ ਇੱਕ ਟਾਈਮ ਅਜਿਹਾ ਵੀ ਆਇਆ ਸੀ ਜਦੋਂ ਹੰਸਰਾਜ ਹੰਸ ਮੇਰੇ ਹੀ ਗੀਤ ਨਾ ਤੁੱਪਰਿਆਂ ਨਹੀਂ ਨਾ ਛਾਂ ਬੰਦਿਆਂ ਨਾਲ ਸਟੇਜ ਸ਼ੁਰੂ ਕਰਦਾ ਅਤੇ ਮੇਰੇ ਹੀ ਗੀਤ ਸੰਮੀ ਮੇਰੀ ਵਾਰ ਨਾਲ ਸਟੇਜ ਖਤਮ ਕਰਦਾ। ਤਾਂ ਇਹ ਸੀ ਸਰਜੀਤ ਬਿੰਦਰੱਖੀਆ, ਟੈਕਸਲਾ ਕੰਪਨੀ ਅਤੇ ਚਰਨਜੀਤ ਅਹੂਜਾ ਦਾ ਕਿੱਸਾ ਜੋ ਕਿ ਸ਼ਮਸ਼ੇਰ ਸੰਧੂ ਨੇ ਆਪਣੀ ਜ਼ਬਾਨੀ ਦੱਸਿਆ। ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ। ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।